ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਹੱਥ ਬੰਨ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਕਿ ਗਲੀ ਦੇ ਵਿੱਚ ਖੜੇ ਆ ਤੇ ਬਾਕੀ ਇਹ ਵੀ ਜਿਹੜੇ ਜਿਨ੍ਹਾਂ ਨੇ ਲੰਗਰ ਨਹੀਂ ਛਕਿਆ ਲੰਗਰ ਛਕ ਕੇ ਤੇ ਦੁਕਾਨ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰੋ। ਜਿਹੜੇ ਮੇਰੇ ਵੀ ਗਲੀ 'ਚ ਤੁਰੇ ਫਿਰਦੇ ਆ ਬਿਨਾਂ ਮਦਦ ਤੋਂ ਤੇ ਬੇਨਤੀ ਕਰਦੇ ਦੁਕਾਨ 'ਚ ਬੈਠਣ ਦੀ ਕਿਰਪਾਲਤਾ ਕਰੋ। ਜਿਨ੍ਹਾਂ ਨੇ ਲੰਗਰ ਨਹੀਂ ਛਕਿਆ ਉਹ ਲੰਗਰ ਛਕ ਲਓ। Thank you.
ਸ਼ਰਾਰਤਾਂ ਕਰਦਾ Thank you.